ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਅਸੀਂ ਅੱਜ ਹਿਮਾਲਿਆ ਪਬਲਿਕ ਸਕੂਲ ਮੁਜ਼ਾਫਤ ਬੇਲਾ ਵਿਖੇ ਆਏ ਹੋਏ ਹਾਂ ਅਤੇ ਆਪਣੀ ਬੋਰਡ ਦੇਖ ਸਕਦੇ ਹੋ। ਬੱਚਿਆਂ ਨੇ ਇੱਥੇ ਆਪਣਾ ਪੁਰਾਤਨ ਸਮਾਨ ਜਿਹੜਾ ਹੈ, ਪੁਰਾਣਾ ਸਮਾਨ, ਜਿਹੜੇ ਕੋਈ ਬੱਚੇ ਨਰਸਰੀ ਕਲਾਸ ਤੋਂ ਇਕੱਤਰ ਕਰ ਰਹੇ ਨੇ, ਕੋਈ ਕਿਸੇ ਕਲਾਸ ਤੋਂ ਇਕੱਤਰ ਕਰ ਰਹੇ ਨੇ ਆਪਣਾ ਸਮਾਨ ਇਕੱਤਰ ਕਰ ਰਹੇ, ਜਿਹਦੇ ਕਰਕੇ ਅਸੀਂ ਉਹ ਬੱਚਿਆਂ ਦਾ ਜਿਹੜਾ ਤੁਹਾਨੂੰ ਦਿਖਾਉਣ ਵਾਲੇ ਹਾਂ। ਦੇਖ ਸਕਦੇ ਹੋ ਤੁਸੀਂ ਬੱਚੇ ਆਪਣਾ ਆਪਣਾ ਸਮਾਨ ਲੈ ਕੇ ਆਏ ਹੋਏ ਹਨ, ਪੁਰਾਣੇ ਤੋਂ ਪੁਰਾਣਾ ਸਮਾਨ। ਅੱਜ ਅਸੀਂ ਉਹ ਵੇਖਣ ਵਾਸਤੇ ਆਏ ਹਾਂ। ਚਲੋ ਹੁਣ ਵੇਖਦੇ ਹਾਂ। ਮਨਜੋਤ ਕੌਰ, ਤੁਸੀਂ ਆਪੇ ਤਿਆਰ ਕੀਤਾ ਡਰੈਸ ਸਾਰੀਆਂ? ਬੜੀ ਅੱਛੀ ਪੇਂਟਿੰਗ ਹੈ ਤੁਹਾਡੀ। ਕਿੰਨੇ ਟਾਈਮ ਤੋਂ ਬਣਾ ਰਹੇ ਹੋ ਪੇਂਟਿੰਗ? ਵੈਰੀ ਗੁੱਡ। ਤੁਹਾਡਾ ਬੇਟਾ ਜਸਮੀਤ ਕੌਰ, ਇਹ ਲੱਗਦਾ ਬੱਸ ਦੀ ਕੰਡਕਟਰ ਹੈ, ਪੱਕੀ ਗੱਲ ਹੈ ਨਾ? ਇਹਨੇ ਬੱਸ ਦੀ ਕੰਡਕਟਰ, ਮੈਨੂੰ ਦੇਖੋ ਕਿੰਨੀਆਂ ਟਿਕਟਾਂ ਇਕੱਤਰ ਕੀਤੀਆਂ ਨੇ। ਇਹ ਬਹੁਤ ਅੱਛੀ ਗੱਲ ਹੈ ਕਿ ਸਾਨੂੰ ਸਾਡਾ ਜਿਹੜਾ ਮਤਲਬ ਕਿ ਉਮਰਾਂ ਲੰਘ ਜਾਂਦੀਆਂ ਨੇ, ਇਹ ਸਮਾਨ ਜੀ ਇਕੱਤਰ। ਅਸੀਂ ਦੱਸ ਸਕਦੇ ਹਾਂ ਕਿ ਪਹਿਲਾਂ ਐਸੀ ਟਿਕਟ ਹੁੰਦੀ ਸੀ ਨਾ, ਇਹ ਸਾਰੀਆਂ ਸਾਂਭ ਕੇ ਰੱਖਣਾ ਹੈ। ਕਿਹੜੀ ਕਲਾਸ ਹੈ ਤੁਹਾਡੀ? ਠੀਕ ਹੈ, ਬਹੁਤ ਅੱਛਾ ਤੁਹਾਡਾ ਵੀ ਇਵੈਂਟ, ਬਹੁਤ ਅੱਛਾ ਜਿਹੜਾ ਤੁਸੀਂ ਇਹ ਸੋਚ ਸਮਝ ਕੇ ਜਿਹੜੀਆਂ ਬੱਸ ਦੀਆਂ ਟਿਕਟਾਂ ਇਕੱਤਰ ਕੀਤੀਆਂ ਹੈ। ਅਤੇ ਤੁਹਾਡੀ ਕਿਸੇ ਨੇ ਹੈਲਪ ਕੀਤੀ ਆਪ ਹੀ ਕੀਤੀ ਸਾਰੀ ਇਕੱਤਰ? ਬ੍ਰਦਰ ਨੇ। ਬਹੁਤ ਅੱਛੀ ਗੱਲ ਹੈ। ਹਾਂਜੀ, ਤੁਹਾਡਾ ਨਾਂ ਕੀ ਬੇਟਾ? ਗੁਰਕਰਨ ਸਿੰਘ। ਨਾਲ ਸਭ ਤੋਂ ਵੱਡਾ ਖਜ਼ਾਨਾ, ਵਡਮੁੱਲਾ ਖਜ਼ਾਨਾ ਜਿਹੜਾ ਹੈ ਉਹ ਸਾਹਮਿਆ ਹੋਇਆ 12 ਭਾਈ ਗੁਰਦਾਸ ਜੀ ਦੀ, ਉਹ ਪੀਕ ਹੈ ਨਾ, ਅਰਥਾਂ ਸਮੇਤ। ਇਹ ਤੁਹਾਨੂੰ ਕਿੱਥੋਂ ਮਿਲਿਆ ਬੇਟੇ? ਇਹ ਤੁਸੀਂ ਭਗਤਾਂ ਦੀ ਬਾਣੀ ਹੋ, ਵੀ ਸਭ ਤੋਂ ਵੱਡੇ ਵਿਦਵਾਨ ਕ੍ਰਿਸ਼ਨ ਸਾਹਿਬ ਸਿੰਘ ਜੀ ਦੀ ਭਗਤਾਂ ਦੀ ਬਾਣੀ। ਸਿੱਖ ਵਿਚਾਰਧਾਰਾ ਪ੍ਰੋਫੈਸਰ ਪ੍ਰੀਤਮ ਸਿੰਘ। ਇਹ ਤੁਹਾਨੂੰ ਕਿੱਥੋਂ ਮਿਲੀਆਂ? ਪਾਪਾ ਜੀ। ਤੁਹਾਡੇ ਪਾਪਾ ਜੀ ਕੀ ਕਰਦੇ ਨੇ? ਅੱਛਾ, ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ, ਅਤੇ ਇਹ ਜਿਹੜੀ ਹੈ ਪਾਪੀ ਪੂਲੇ ਦਾ ਸ਼ਿਕਾ। ਅੱਛਾ, ਬਹੁਤ ਅੱਛੀ ਗੱਲ ਹੈ। ਇੱਥੋਂ ਪਤਾ ਲੱਗਦਾ ਕਿ ਬੱਚੇ ਦੀ ਫੈਮਿਲੀ ਵੀ ਇਤਿਹਾਸ ਨੂੰ ਪੜ੍ਹਦੀ ਹੈ, ਗੁਰਬਾਣੀ ਪੜ੍ਹਦੀ ਹੈ। ਸਹਿਜਪ੍ਰੀਤ ਸਿੰਘ। ਅੱਛਾ, ਅਤੇ ਤੁਸੀਂ ਬੜੇ ਪੁਰਾਣੇ ਪੁਰਾਣੇ ਜਿਹੜੇ ਸਿੱਕੇ ਇਕੱਤਰ ਕੀਤੇ ਹੋਏ ਨੇ ਨਾ, ਤੁਸੀਂ ਜਾਣਕਾਰੀ ਰੱਖਦੇ ਹੋ ਸਾਰਿਆਂ ਬਾਰੇ? ਹੈ, ਅੱਛਾ, ਇੱਕ ਪੈਸਾ ਵੀ ਸਾਹਮਿਆ ਹੋਇਆ ਤੁਸੀਂ? ਹੈ, ਦੋ ਪੈਸੇ ਵੀ ਸਾਹਮੇ ਹੋਏ ਨੇ? ਅੱਛਾ, ਕਾਫੀ ਹੈ ਨਾ। ਇਹ ਤਾਂ ਸ਼ਾਇਦ ਬਾਹਰ ਦਾ ਹੀ ਕੋਈ ਕਰੰਸੀ ਹੈ ਨਾ, ਕੋਈ ਅਫਗਾਨ ਫੋਨ ਸਾਈਡ ਦੀ ਉੱਪਰ ਲਿਖੀ ਹੋਈ ਹੈ। ਇਹ 500 ਦਾ ਸਿੱਕਾ ਚਾਈਨਾ ਦਾ? ਅੱਛਾ, ਇਹ ਚਾਈਨਾ ਦਾ 500 ਦਾ ਸਿੱਕਾ ਹੈ, ਅਤੇ ਇਹ 5 ਰੁਪਏ ਦਾ, ਇਹ ਕਿੱਥੇ ਦਾ ਬੇਟਾ? ਅੱਛਾ, ਇਟਲੀ, ਇਟਲੀ ਦਾ। ਇਹ ਉਂਝ ਆਪਾਂ ਦੀਵਾਲੀ ਦੇ ਲਕਸ਼ਮੀ ਪੂਜਾ ਨੂੰ ਉਸ ਵਾਲੇ ਟਾਈਮ 'ਤੇ ਦਿੱਤੇ ਹੋਏ ਉਹ ਵੀ ਸਿੱਕੇ। ਅੱਛਾ, ਇਹ ਗੁਰੂ ਨਾਨਕ ਦੇਵ ਜੀ ਦਾ? ਇਹ ਗੁਰੂ ਨਾਨਕ ਦੇਵ। ਅੱਛਾ, ਇਹ ਹੈ ਉਹ, ਇਹ ਗੁਰੂ ਨਾਨਕ ਦੇਵ ਜੀ ਦਾ ਪੁਰਾਣਾ ਸਿੱਕਾ ਹੈ। ਅਤੇ ਇਹ ਤਕਰੀਬਨ 1892 ਦਾ ਸਿੱਕਾ ਹੈ, ਵਿਕਟੋਰੀਆ ਦਾ ਹੈ, ਮਹਾਰਾਣੀ ਵਿਕਟੋਰੀਆ। ਕਾਫੀ ਬਹੁਤ ਅੱਛੀ ਗੱਲ ਹੈ, ਸਾਹਮੇ ਹੋਏ ਨੇ ਪੁਰਾਤਨ ਸਿੱਕੇ। ਡੋਲਰਸ ਹੈ, ਠੀਕ ਹੈ ਜੀ। ਹੁਣ ਬਾਕੀ ਤਾਂ ਸਾਰੇ ਪੈਸੇ ਦੇਖੇ ਹੋਏ ਨੇ। ਇਹ 1945 ਦਾ ਦੁੱਕੀ ਹੈ, ਦੋ ਇਹ ਕਸਿਆ ਹੋਇਆ ਹੈ ਤਾਂ ਬਹੁਤ ਪੁਰਾਣਾ ਹੈ ਬੇਟਾ, ਇਹਨੂੰ ਸਾਂਭ ਕੇ ਰੱਖਣਾ। ਕਿੰਨੀ ਕਿਹੜੀ ਕਲਾਸ ਤੁਸੀਂ ਸਾਂਭਦੇ ਆ ਰਹੇ ਇਹਨੂੰ? ਅੱਛਾ, ਬਹੁਤ ਵਧੀਆ ਗੱਲ ਹੈ। ਇਹਨਾਂ ਨੂੰ ਫਿਰ ਅੱਗੇ ਵੀ ਸਾਂਭ ਕੇ ਰੱਖਣਾ, ਜਿਹੜਾ ਤੁਸੀਂ ਅੱਗੇ ਵੀ ਆਪਾਂ ਦਿਖਾ ਸਕੀਏ, ਚੀਜ਼ਾਂ ਸਾਡੀਆਂ ਲੁਪਤ ਹੋਈ ਜਾ ਰਹੀਆਂ, ਅੱਗੇ ਦੇਖਣ ਨੂੰ ਨਹੀਂ ਮਿਲਦੀਆਂ। ਠੀਕ ਹੈ, ਜਸਪ੍ਰੀਤ ਕੌਰ। ਜੱਸਾ ਸਿੰਘ ਰਾਮਗੜੀਆ, ਇਹਦਾ ਇਤਿਹਾਸ ਪੜ੍ਹਨ ਨੂੰ ਯੋਗਾ ਹੈ, ਪੜ੍ਹਿਓ। ਹੈ ਜਸਪ੍ਰੀਤ ਕੌਰ, ਇਹ ਕੀ ਹੈ ਤੁਹਾਡਾ? ਅੱਛਾ, ਸਾਖੀਆਂ ਨੇ ਦੇਖਿਆ ਗੁਰਬਾਣੀ ਚਾਨਣ।
ਤੁਹਾਡਾ ਨਾਮ ਜੀ ਪਿੰਡ ਸਾਹਿਬ? ਅੱਛਾ, ਆਪਾਂ ਦੇਖ ਰਹੇ ਹਿਮਾਲਿਆ ਸੀਨੀਅਰ ਸੈਕੰਡਰੀ ਸਕੂਲ ਦਾ ਬੱਚਾ ਜਿਵੇਂ ਆਪ ਬਣਾਈਆਂ ਸਾਰੀ ਪੇਂਟਿੰਗਸ। ਅੱਛਾ, ਇਹ ਕੌਣ ਹੈ? ਕਰਨ ਔਜਲਾ। ਇਹ ਕਰਨ ਔਜਲਾ, ਇਹ ਕੌਣ ਹੈ? ਔਜਲਾ ਸਿੰਗਰ, ਕੋਈ ਸਿੰਗਰ ਹੈ। ਅੱਛਾ, ਇਹ ਰਣਵੀਰ ਸਿੰਘ। ਅੱਛਾ, ਸ਼੍ਰੀ ਗੁਰੂ ਨਾਨਕ ਦੇਵ ਜੀ ਕਦੀਆਂ ਬਣਾਈਆਂ ਹੋਈ ਤੁਸੀਂ? ਹਾਂ, ਸੱਤਵੀਂ ਕਲਾਸ 'ਚ ਬਣਾਈਆਂ ਸੀਗੀਆਂ ਜੀ। ਹਾਂ, ਹੁਣੇ ਬਣਾਈਆਂ ਸੀ, ਇਹਦੇ ਪਿਛਲੇ 2 ਮਹੀਨੇ ਹੋਏ ਇਹਨਾਂ ਨੂੰ ਬਣਾਈਆਂ। ਆ ਬਾਕੀ ਸਾਰੀਆਂ ਮੈਂ ਛੋਟੇ ਹੁੰਦੇ ਨੇ ਬਣਾਈਆਂ। ਠੀਕ ਹੈ, ਠੀਕ ਹੈ। ਤਰਲੀਨ ਕੌਰ, ਇਹ ਤੁਸੀਂ ਚਿੜੀ ਚੁੱਕਦੀ ਚੁੱਕਦੀ ਅਤੇ ਆਪਣਾ ਦੇਸ਼ ਸਭ ਤੋਂ ਪਿਆਰਾ ਨਿੱਕੇ ਬੱਚੇ ਪ੍ਰਾਹੁਣੇ, ਇਹ ਬੜੀ ਨੇ ਅੱਛੇ ਬਣਾਏ ਹੋਏ ਬੱਚੀ ਨੇ। ਮਿਹਨਤ ਅਨਮੋਲ ਵਚਨ, ਬਹੁਤ ਅੱਛਾ ਚੁਟਕਲੇ। ਇਹ ਤੁਸੀਂ ਆਪ ਜੋੜੇ ਨੇ ਸਾਰੇ? ਅੱਛਾ, ਅਖਬਾਰ ਵਿੱਚੋਂ ਇਹ ਆਪ ਕੱਟੇ? ਬਹੁਤ ਵਧੀਆ, ਇੱਕ ਬੱਚੀ ਨੇ ਗਿਆਨ ਵਿੱਚ ਰੱਖਿਆ ਹੋਇਆ ਸਾਂਭ ਕੇ। ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਹੈਂ। ਬਹੁਤ ਵਧੀਆ ਥੋਟ ਹੈ ਤੁਹਾਡਾ। ਤੁਹਾਡਾ ਜੀ ਜੋਧਪੁਰ ਜੀ, ਕੀ ਸਾਂਭੇ ਹੋਏ ਨੇ ਤੁਸੀਂ? ਇਹ ਢੱਕਣ ਦੱਸ ਸਕਦੇ ਹੋ? ਇਹ ਜਿਵੇਂ ਹੁਣੇ ਆਪਾਂ ਤਾਂ ਲਿਖਿਆ ਸਟਿੰਗ, ਇਹ ਕਿਹਦਾ, ਕਿਹੜੀ ਕੰਪਨੀ? ਮੌਂਟੇਡਿਓ। ਅਰੇ, ਅੱਛਾ, ਇਹ ਸੰਤਰੀ ਕਲਰ ਦਾ। ਅੱਛਾ, ਸਾਰੇ ਸਾਂਭ ਕੇ ਰੱਖਣੇ ਨੇ? ਕਿੰਨੇ ਟਾਈਮ ਤੋਂ ਇਕੱਤਰ ਕਰ ਰਹੇ ਹੋ? ਅੱਛਾ, ਇਹਨਾਂ ਦਾ ਬਹੁਤ ਕੁਛ ਬਣ ਸਕਦਾ, ਪਤਾ ਤੁਹਾਨੂੰ? ਠੀਕ ਹੈ ਜੀ। ਮਨਿੰਦਰ ਕੌਰ ਜੀ, ਤੁਸੀਂ ਆਪਣੇ ਹੱਥੀਂ ਬਣਾਏ ਨੇ, ਕਿਹੜੀ ਕਲਾਸ ਹੈ ਤੁਹਾਡੀ ਹੁਣ? ਅੱਛਾ, ਸਾਰਿਆਂ ਦੇ ਵੱਖਰੇ ਵੱਖਰੇ ਤਰੀਕੇ ਨਾਲ ਬਣੇ ਹੋਏ ਨੇ, ਬਹੁਤ ਵਧੀਆ ਗੱਲ। ਅੱਛਾ, ਇਹ ਵੀ ਇਹ ਡਿਜ਼ਾਈਨ ਨਵਾਂ ਹੈ, ਇਹਨਾਂ ਨੂੰ ਪੇਂਟ ਵੀ ਆਪ ਕੀਤਾ? ਕਿੰਨੇ ਟਾਈਮ ਤੋਂ ਸਾਂਭੇ ਹੋਏ ਨੇ? ਬਹੁਤ ਵਧੀਆ ਗੱਲ ਹੈ, ਸਾਂਭ ਕੇ ਰੱਖਣਾ ਜੀ। ਨਾਮ ਕੀ ਤੁਹਾਡਾ ਬੇਟਾ? ਹਰਮਨਪ੍ਰੀਤ ਕੌਰ। ਅੱਛਾ, ਇਹ ਤੁਸੀਂ ਸਾਰੇ ਪੱਤੇ ਦੀ ਮਤਲਬ ਡਿਜ਼ਾਈਨ, ਅੱਗੇ ਅੱਗੇ ਜਾ ਕੇ ਪੱਤੇ ਸਾਨੂੰ ਪਤਾ ਨਹੀਂ ਲੱਗਣਾ ਨਿੰਮ ਦਾ ਪੱਤਾ ਕਿਹੜਾ, ਕਿਉਂਕਿ ਹੁਣ ਦਰਖਤ ਖਤਮ ਕਰੇ ਜਾ ਰਹੇ ਨੇ ਲੋਕ ਨਾ। ਅਤੇ ਬਹੁਤ ਵਧੀਆ ਤੁਸੀਂ ਇਹਨਾਂ ਦੀ ਜਾਣਕਾਰੀ ਦੇ ਰਹੇ ਹੋ, ਅਤੇ ਇਹਨਾਂ ਦੀ ਜਾਣਕਾਰੀ ਹਰ ਸਾਲ ਦਿਆ ਕਰੋ। ਇਹ ਜਮੋਹੇ ਦਾ ਪੱਤਾ ਹੈ ਨਾ, ਇਹ ਕਿਹਦਾ, ਅੰਬ ਦਾ ਪੱਤਾ? ਇਹ ਕਿਹੜਾ ਫੁੱਲ ਪੱਤਾ, ਕਿਹੜੇ ਫੁੱਲ ਦਾ ਪੱਤਾ? ਅੱਛਾ, ਇਹ ਨਿੰਬੂ ਦਾ ਪੱਤਾ। ਕੀ ਨਾਮ ਤੁਹਾਡਾ? ਹਾਂਜੀ, ਗਗਨਦੀਪ ਕੌਰ। ਗਗਨਦੀਪ ਕੌਰ ਨੇ ਪੱਥਰ ਸਾਂਭੇ ਹੋਏ ਨੇ, ਕਿੰਨੇ ਟਾਈਮ ਤੋਂ ਸਾਂਭੇ ਨੇ? ਨਹੀਂ ਪਤਾ। ਚਲੋ ਠੀਕ ਹੈ, ਗਗਨਦੀਪ ਕੌਰ। ਉਹਨਾਂ ਦਾ ਨਾਮ ਕੀ ਹੈ? ਅੱਛਾ, ਯੁਵਰਾਜ ਸਿੰਘ। 10 ਪੈਸੇ, 20 ਪੈਸੇ, 10 ਪੈਸੇ, 1 ਰੁਪਿਆ, ਨਵਾਂ ਨੋਟ 1 ਰੁਪਿਆ। ਬਹੁਤ ਵਧੀਆ ਗੱਲ ਹੈ। ਇਹ ਜਿਹੜੇ ਆਪਾਂ ਦੇਖਦੇ ਹਾਂ ਪੁਰਾਣੇ ਸਮੇਂ ਦੇ ਵਿੱਚ ਮਾਂ ਬਾਪ ਇਹਨਾਂ ਬੱਚਿਆਂ ਦੇ ਗਲਾਂ ਵਿੱਚ ਪਾ ਦਿੰਦੇ ਸੀ, ਬਹੁਤ ਅੱਛੀ ਗੱਲ ਹੈ ਜੀ। ਪਾਕਿਸਤਾਨ ਦਾ ਇਹ ਡਿਜ਼ਾਈਨਦਾਰ ਇੱਕ ਪਲੇਟ ਵੀ ਨਾਲ ਰੱਖੀ ਹੋਈ ਹੈ, ਕਿੰਨੀ ਪਿਆਰੀ ਲੱਗ ਰਹੀ ਹੈ। ਇਹ ਡਿਜ਼ਾਈਨ ਹੁਣ ਘੱਟ ਦਿਖਦੇ ਨੇ। ਤੋਹਫਾ ਸੈੱਟ ਕਿੰਨਾ ਪਿਆਰਾ ਬਣਾਇਆ ਬੱਚੇ ਨੇ, ਆਪ ਬਣਾਇਆ ਨਾ। ਇਹ ਕਿਆ ਚੀਜ਼ ਤਿਆਰ ਕੀਤੀ ਹੋਈ? ਕੀ ਨਾਮ ਬੇਟਾ ਤੁਹਾਡਾ? ਤਰਨਜੀਤ ਕੌਰ। ਆਪ ਕਿੰਨੇ ਸਮੇਂ ਤੋਂ ਸਾਰਾ ਸਮਾਨ ਇਕੱਤਰ ਕੀਤਾ ਜਿਹੜਾ ਜਰੂਰੀ ਦਾ? ਹਾਂਜੀ, 5-6 ਸਾਲ। ਬਹੁਤ ਵਧੀਆ, ਇਸ ਬੱਚੀ ਨੇ ਜਵੈਲਰੀ ਦਾ ਜਿਹੜਾ ਕਲੈਕਸ਼ਨ ਕੀਤਾ ਬਹੁਤ ਹੀ 5-6 ਸਾਲ ਤੋਂ ਇਕੱਤਰ ਕਰ ਰਹੀ ਹੈ, ਬਹੁਤ ਅੱਛੀ ਗੱਲ ਹੈ। ਚਲੋ ਆਪਾਂ ਹੋਰ ਬੱਚੇ ਦੇ ਵੱਲ ਚੱਲਦੇ ਹਾਂ, ਉਹਨਾਂ ਦਾ ਵੀ ਵੇਖਦੇ ਹਾਂ ਸਮਾਨ। ਤੁਹਾਡਾ ਨਾਮ ਕੀ ਹੈ? ਇਹ ਬੱਚੀ ਮਹਿਕਪ੍ਰੀਤ ਨੇ ਜਿਹੜੇ ਪੱਥਰ ਇਕੱਤਰ ਕੀਤੇ ਹਨ, ਤੁਸੀਂ ਦੇਖ ਸਕਦੇ ਹੋ ਜਿਵੇਂ ਧਰਤੀ ਦਾ ਬਿਲਕੁਲ ਸ਼ੇਪ ਹੁੰਦੀ ਹੈ। ਮਹਿਕਪ੍ਰੀਤ ਨੇ ਧਰਤੀ ਦੀ ਬਿਲਕੁਲ ਸ਼ੇਪ ਹੁੰਦੀ ਹੈ, ਜਿਵੇਂ ਕਿ ਇਹ ਸ਼ਨੀ ਗ੍ਰਹਿ ਦੀ ਹੋਵੇ, ਇਹ ਮੰਗਲ ਗ੍ਰਹਿ ਦੀ ਹੋਵੇ। ਬੇਟਾ ਕਦੇ ਸਾਹਮਣੇ ਹੋਏ ਨਾ ਤੁਸੀਂ? ਇਹ ਕਿੱਥੋਂ ਮਿਲੇ ਤੁਹਾਨੂੰ ਇਹ ਪੱਥਰ? ਅੱਛਾ, ਪਾਪਾ ਜੀ ਨੇ ਕਲੈਕਟ ਕੀਤੇ ਸੀਗੇ, ਬੜੇ ਪਿਆਰੇ ਪੱਥਰ ਨੇ, ਬੜੇ ਅੱਛੇ ਨੇ। ਇਹਨਾਂ ਨੂੰ ਸਾਂਭ ਕੇ ਰੱਖਿਓ, ਠੀਕ ਹੈ, ਕਿਉਂਕਿ ਇਹਨਾਂ ਦੀ ਨਾ ਸ਼ੇਪ ਜਿਹੜੀ ਹੈ ਸਾਨੂੰ ਦਿਖਣੀ ਨਹੀਂ ਹੈ। ਦੇਖੋ ਕਿੰਨੀ ਵਧੀਆ ਧਰਤੀ ਦੀ ਸ਼ੇਪ ਦਾ ਪੂਰਾ ਲੱਗ ਰਿਹਾ, ਜਿਵੇਂ ਧਰਤੀ ਪੂਰੀ ਗੋਲ ਹੁੰਦੀ ਹੈ ਨਾ, ਲੱਗ ਰਹੀ ਹੈ ਨਾ। ਠੀਕ ਹੈ ਜੀ।
ਹਰਿੰਦਰ ਸਿੰਘ ਜੀ ਨੇ ਇਹ ਤੁਸੀਂ ਢੱਕਣ ਸਾਂਭਿਆ ਹੋਇਆ ਇਹ ਵੇਸਟ ਮਟੀਰੀਅਲ ਜਿਹੜਾ ਸਮਾਨ ਹੈ ਬੱਚੇ ਨੇ ਸਾਂਭਿਆ ਹੋਇਆ ਮਾਜ਼ਾ ਦੀਆਂ ਢੱਕਣ ਕੋਕਾ ਕੋਲਾ ਦੇ ਢੱਕਣ ਪਿੱਲ ਦਵਾਈ ਹੈ ਪਿੱਲ ਅਤੇ ਹੋਰ ਇਹ ਜਿਹੜੀਆਂ ਇਹ ਸ਼ੋਪਨਰ ਵਗੈਰਾ ਇਹ ਪੱਥਰ ਤੁਸੀਂ ਸਾਂਭੇ ਹੋਏ ਨੇ ਅੱਛਾ ਬਹੁਤ ਵਧੀਆ ਗੱਲ ਤੁਹਾਡਾ ਨਾਂ ਕੀ ਹੈ ਅੱਛਾ ਹੁਣ ਨਾਲ ਹੀ ਲੱਗ ਗਿਆ ਬੇਟਾ ਤੁਹਾਡਾ ਨਾਂ ਕੀ ਹੈ ਉਮਰਪ੍ਰੀਤ ਕੌਰ ਤੁਸੀਂ ਇਹ ਕੀ ਸਾਂਭਿਆ ਹੋਇਆ ਰਬੜ ਰਬੜ ਬੈਂਡ ਜੀ ਅੱਛਾ ਰਬੜ ਬੈਂਡ ਅੱਛਾ ਤੁਹਾਡੇ ਹੇਅਰ ਬੈਂਡ ਕਿੰਨੇ ਟਾਈਮ 'ਤੇ ਤੁਸੀਂ ਸਾਂਭੇ ਹੋਏ ਨੇ ਅੱਛਾ ਮੰਮਾ ਦੇ ਸਾਂਭੇ ਹੋਏ ਨੇ ਬਹੁਤ ਵਧੀਆ ਗੱਲ ਹੈ ਸਿਮਰਨਦੀਪ ਸਿੰਘ ਨੇ ਕਿਹੜੀ ਕਲਾਸ ਹੈ ਤੁਹਾਡੀ ਕਿਹੜੀ ਕਲਾਸ ਦੀਆਂ ਤੁਸੀਂ ਆਪਣੀ ਕਾਪੀਆਂ ਸਾਂਭ ਕੇ ਰੱਖੀਆਂ ਨੇ ਨਰਸਰੀ ਕਲਾਸ ਬਹੁਤ ਅੱਛੀ ਗੱਲ ਹੈ ਇਸ ਬੱਚੇ ਨੇ ਆਪਣੀ ਨਰਸਰੀ ਕਲਾਸ ਦੀਆਂ ਕਾਪੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਰੋਲ ਨੰਬਰ 22 ਸ਼ੁਰੂ ਤੋਂ ਤੁਹਾਡਾ ਰੋਲ ਨੰਬਰ 22 ਚੱਲਦਾ ਆ ਰਿਹਾ ਅੱਛਾ ਹੋਰ ਵੀ ਨਾਲ ਉਮਰ ਛੋਟੀ ਸੂਝ ਵੱਡੀ ਕਿਤਾਬਾਂ ਵੀ ਨਾਲ ਰੱਖੀਆਂ ਹੋਈਆਂ ਨੇ ਕਿੰਨੇ ਸਾਲ ਤੋਂ ਇਕੱਤਰ ਕਰ ਰਹੇ ਤੁਸੀਂ ਨਰਸਰੀ ਤੋਂ ਠੀਕ ਹੈ ਚੰਗੀ ਗੱਲ ਹੈ ਬਹੁਤ ਅੱਛੀ ਗੱਲ ਹੈ ਗਿਲਪ੍ਰੀਤ ਸਿੰਘ ਜੀ ਇਹਨਾਂ ਦੇ ਬਾਰੇ ਜਾਣਕਾਰੀ ਰੱਖਦੇ ਹੋ ਤੁਸੀਂ ਇਹ 20 ਪੈਸੇ 50 ਪੈਸੇ ਇਹ ਹੁਣ ਲੁਪਤ ਹੋ ਗਏ ਨੇ ਵਿਚਾਰੇ ਸ਼ੇਰਾਂ ਵਾਲੀ ਮਾਤਾ ਦੀ ਫੋਟੋ ਬਣੀ ਹੈ ਉੱਪਰ ਇਹ 10 ਰੁਪਏ ਦਾ ਸਿੱਕਾ ਹੈ ਇਹਨੂੰ ਆਪਾਂ ਆਪਣੇ ਟਾਈਮ 'ਤੇ ਖੋਟਾ ਸਿੱਕਾ ਕਹਿੰਦੇ ਸੀ ਦੇਖੋ ਖੋਟਾ ਸਿੱਕਾ 1953 ਦਾ ਜੀ ਚੂੜੀਆਂ ਅੱਛਾ ਅੱਛਾ ਇਹ ਜਿਹੜੇ ਨਾ ਇਹ ਚੀਜ਼ਾਂ ਦੇਖਣ ਨੂੰ ਤਾਂ ਇੱਕ ਆਮ ਜਿਹੀ ਚੀਜ਼ਾਂ ਲੱਗ ਰਹੀਆਂ ਨੇ ਜਿਵੇਂ ਰੀਲਾਂ ਦੇ ਆਪਾਂ ਦੇਖਣੀਆਂ ਨੇ ਵੇਖਣ ਨੂੰ ਆਮ ਲੱਗਦੇ ਪਰ ਬੱਚੇ ਇਹਨਾਂ ਚੀਜ਼ਾਂ ਨਾਲ ਬੜੇ ਖੇਡਦੇ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਦੀ ਬਹੁਤ ਕੁਛ ਚੀਜ਼ ਬਣ ਜਾਂਦੀ ਕਿੰਨੇ ਟਾਈਮ ਦੇ ਸਾਹਮਣੇ ਹੁੰਦੇ ਤੁਸੀਂ ਨਹੀਂ ਪਤਾ ਇਹ ਛੋਟੇ ਛੋਟੇ ਬੱਲਬ ਖੁਸ਼ਪ੍ਰੀਤ ਕੌਰ ਨਾ ਛੋਟੇ ਛੋਟੇ ਬੱਲਬ ਨੇ ਜਿਹੜੇ ਇਕੱਤਰ ਕੀਤੇ ਹੋਏ ਨੇ ਸਭ ਦੇ ਸਾਈਜ਼ ਵੱਖਰੇ ਵੱਖਰੇ ਨੇ ਕਿੰਨੇ ਟਾਈਮ ਦੇ ਬਣਾਏ ਸਾਂਭੇ ਹੋਏ ਨੇ ਤੁਸੀਂ ਬਹੁਤ ਵਧੀਆ ਗੱਲ ਹੈ ਸਾਂਭ ਕੇ ਰੱਖਣਾ ਅੱਛਾ ਪੱਥਰ ਵੈਰੀ ਗੁੱਡ ਬੀਟੇ ਖੇਡਦੇ ਹੁੰਦੇ ਹੋ ਠੀਕ ਤੁਸੀਂ ਬੇਟਾ ਬਟ ਕੀ ਨਾਂ ਤੁਹਾਡਾ ਮੰਨਤ ਤੌਰ 'ਤੇ ਇਹ ਬਟਨ ਦਿੱਤਿਆ ਦੇ ਕਦੇ ਬਟਨ ਸਾਂਭੇ ਹੋਏ ਨੇ ਨਾ ਇਹ ਕਲਾ ਹੈ ਕਿ ਬੇਟਾ ਜੀ ਤੁਹਾਡਾ ਨਾਂ ਕੀ ਹੈ ਤੁਸੀਂ ਸਾਰੀਆਂ ਬੁੱਕਾਂ ਜਿਹੜੀਆਂ ਪੁਰਾਣੀਆਂ ਇਤਿਹਾਸ ਦੀਆਂ ਕਿੰਨੇ ਟਾਈਮ ਤੋਂ ਇਕੱਤਰ ਕੀਤੀਆਂ ਨੇ ਅੱਛਾ ਫਸਟ ਕਲਾਸ 'ਤੇ ਇਕੱਤਰ ਕਰਦੇ ਆ ਰਹੇ ਹੋ ਇਹਦੇ ਵਿੱਚ ਕਿਹੜੀ ਕਿਹੜੀ ਬੁੱਕ ਹੈ ਤੁਹਾਡੀ ਇੱਕ ਮਿਸ਼ਨਰੀ ਸਿਰਦਾ ਮਿਸ਼ਨਰੀ ਸਿਰਦਾ ਪਤਾ ਤੁਹਾਨੂੰ ਕਿੱਥੇ ਦੀ ਹੈ ਇਹ ਸਾਡੇ ਤੁਹਾਡੇ ਇਲਾਕੇ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਵੱਲੋਂ ਮਿਸ਼ਨਰੀ ਕਾਲਜ ਚੰਪਾ ਵਾਲੀ ਦੀ ਠੀਕ ਹੈ ਇਹ ਗੁਰਮਤਿ ਪ੍ਰਕਾਸ਼ ਬਹੁਤ ਵਧੀਆ ਗੱਲ ਹੈ ਇਸ ਬੱਚੀ ਦੇ ਜਿਹੜੀਆਂ ਬੁੱਕਾਂ ਪੁਰਾਣੀਆਂ ਜਿਹੜੀਆਂ ਇਤਿਹਾਸ ਦੀਆਂ ਸਾਡੀਆਂ ਮਤਲਬ ਕਿ ਸੋਰਸ ਸਾਡਾ ਸੋਮਾ ਇਕੱਤਰ ਕੀਤਾ ਕੀ ਹੁੰਦਾ ਗੁਰਸ਼ਾਨ ਸਿੰਘ ਨੇ ਸਭ ਤੋਂ ਪਹਿਲਾਂ ਤਾਂ ਲਾਵਾਂ ਦੀ ਇਹਦੇ ਵਿੱਚ ਬਹੁਤ ਅੱਛੀ ਗੱਲ ਹੈ ਸਮਾਜਿਕ ਕੁਰੀਤੀਆਂ ਮਨੁੱਖਾਂ ਦਾ ਗੁਰੂ ਦੀ ਮਹਾਨਤਾ ਗੁਰਬਾਣੀ ਸਤਿਕਾਰ ਬਹੁਤ ਅੱਛੀ ਅੱਛੀ ਜਿਹੜੀ ਮੁੱਢਲੀ ਜਾਣਕਾਰੀ ਜਿਹੜੀਆਂ ਬੁੱਕਾਂ ਇਕੱਤਰ ਕੀਤੀਆਂ ਨੇ ਉਹ ਜਿਹਦੇ ਵਿੱਚ ਕੇਸ ਅਤੇ ਨਸ਼ੇ ਦੀ ਬਹੁਤ ਜਾਣਕਾਰੀ ਵਿੱਚ ਗੁਰੂ ਸਾਗਰ ਅਤੇ ਅਨੰਦਪੁਰ ਸਾਹਿਬ ਜੀ ਦਾ ਜਿਹੜਾ ਆਪਾਂ ਦੇਖਦੇ ਹਾਂ ਇਤਿਹਾਸ ਸੰਤ ਸੇਵਾ ਸਿੰਘ ਨੇ ਜਿਹੜਾ ਲਿਖਿਆ ਤੁਸੀਂ ਕਿਹੜੀ ਕਲਾਸ ਕਰਦੇ ਹੋ ਸੈਵਨਥ ਕਲਾਸ ਦੇ ਇਸ ਬੱਚੇ ਨੇ 5 ਦਾ ਸਿੱਕਾ ਤੁਸੀਂ ਦੇਖ ਸਕਦੇ ਹੋ ਇੱਕ ਇਹ ਪੁਰਾਣਾ 5 ਦਾ ਸਿੱਕਾ ਇਹਦੇ 'ਚ ਇਹ 5 ਅੱਜ ਲੁਪਤ ਹੋ ਚੁੱਕੀ ਹੈ ਇਹ 5 ਦਾ ਨੋਟ 25 ਪੈਸੇ ਸਾਡੇ ਟਾਈਮ 'ਚ ਅਸੀਂ ਬੜੇ ਵਰਤਦੇ ਹੁੰਦੇ ਸੀ ਇਹਨੂੰ 25 ਪੈਸੇ ਦੀ ਸਾਡੀ 5 ਸੰਤਰੀ ਵਾਲੀ ਕੋਠੀਆਂ ਗੋਲੀਆਂ ਆਉਂਦੀਆਂ ਸੀਗੀਆਂ 10 ਪੈਸਾ ਵੀ ਸਾਡੇ ਟਾਈਮ 'ਚ ਮੰਗਦਾ ਇਹ ਵਿਚਾਰੇ ਅੱਜ ਪੈਸੇ ਬੰਦ ਹੋ ਚੁੱਕੇ ਨੇ ਬੜੀ ਅੱਛੀ ਗੱਲ ਹੈ ਇਹਨਾਂ ਨੂੰ ਸਾਂਭ ਕੇ ਰੱਖਿਆ ਇਹ 50 ਪੈਸੇ ਤਾਂ ਅਸੀਂ ਕਦੇ ਭੁੱਲਣੇ ਵੀ ਨਹੀਂ ਤੁਸੀਂ ਦੇਖ ਸਕਦੇ ਹੋ ਕਿੰਨੇ ਟਾਈਮ ਤੋਂ ਸਾਂਭੇ ਹੋਏ ਨੇ ਥਰਡ ਕਲਾਸ ਤੋਂ ਇਸ ਬੱਚੇ ਨੇ ਕਿੰਨਾ ਸਮਾਨ ਸਾਂਭਿਆ
ਜੋਤ ਸਿੰਘ ਕਿਹੜੀ ਕਲਾਸ ਤੁਹਾਡੀ ਕ੍ਰਿਕਟ ਪਲੇਅਰ ਕ੍ਰਿਕਟ ਨਾਲ ਪਿਆਰ ਹੈ ਤੁਹਾਡਾ ਹੈ ਨਾ ਸਾਰਿਆਂ ਦੇ ਬਾਰੇ ਜਾਣਕਾਰੀ ਰੱਖਦੇ ਹੋ ਅਤੇ ਵੱਡੇ ਹੋ ਗਏ ਕ੍ਰਿਕਟਰ ਬਣਨਾ ਸਾਰੇ ਇਹ ਪੁਰਾਣੇ ਨੋਟ ਨੇ ਇਹ ਸਾਡੇ ਟਾਈਮ 'ਚ ਬਹੁਤ ਵਰਤਦੇ ਹੁੰਦੇ ਡੁੱਗੀ ਤਾਂ ਖੈਰ ਅਸੀਂ ਨਹੀਂ ਵਰਤੀ ਹਾਂ ਦੇਖੀ ਹੋਈ ਆ ਹਾਂਜੀ ਹਾਂਜੀ ਜਿਵੇਂ ਪਗੜੀਆਂ ਆਪਾਂ ਦੇਖਦੇ ਹਾਂ ਗਲੇ 'ਚ ਪਾਉਂਦੇ ਹਾਂ 20 ਪੈਸੇ ਵੀ ਚਲੋ ਇੱਕ ਕੀ ਨਾਮ ਤੁਹਾਡਾ ਸਹਿਲ ਸਿੰਘ ਤੁਸੀਂ ਕੀ ਸਾਹਮਣੇ ਅੱਛਾ ਨਾਲ ਤੁਸੀਂ ਕੀ ਕਰੋਗੇ ਹੁਣ ਯਾਦ ਦੀ ਲੋੜ ਰੱਖੀ ਅੱਛਾ 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 ਇਹ ਬੱਚਾ ਸਾਹਿਲ ਸਿੰਘ ਹਿਮਾਲਿਆ ਪਬਲਿਕ ਸਕੂਲ ਦਾ ਯਾਦ ਦੀ ਤੌਰ ਦੇ ਉੱਪਰ ਕਿ ਅੱਗੇ ਜਾ ਕੇ ਸਾਨੂੰ ਇਹ ਕੈਮ ਦਿਖਣੇ ਨਹੀਂ ਨੇ ਇਸ ਲਈ ਇਹਦੇ ਸਾਹਮਣੇ ਹੋਏ ਨੇ ਹਿਮਾਲਿਆ ਸੀਨੀਅਰ ਸੈਕੰਡਰੀ ਸਕੂਲ ਮੁਜ਼ਾਫਤ ਤੋਂ ਇਹ ਬੱਚਾ ਬਹੁਤ ਅੱਛੀ ਗੱਲ ਹੈ ਚਲੋ ਇਹਨਾਂ ਚੀਜ਼ਾਂ ਦਾ ਇੱਕ ਚੀਜ਼ ਹੋਰ ਧਿਆਨ ਰੱਖਣਾ ਜਿਵੇਂ ਰੋਡ 'ਤੇ ਪਏ ਹੁੰਦੇ ਨੇ ਸਾਨੂੰ ਰੋਡ ਵੀ ਨਹੀਂ ਚਾਹੀਦੇ ਮਤਲਬ ਵੀ ਸਾਂਭ ਕੇ ਰੱਖਦੇ ਰਹੋਗੇ ਅਸੀਂ ਬਾਲਬੀਰ ਸਾਹਿਬ ਕਹਿੰਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲਿਆਂ ਲਈ ਅੱਛਾ ਬਹੁਤ ਅੱਛੀ ਗੱਲ ਹੈ ਸਾਕਾ ਸਰਹੰਦ ਜਥੇਦਾਰ ਬਾਬਾ ਬਘੇਲ ਸਿੰਘ ਜੀ ਪੜ੍ਹਨੀਆਂ ਵੀ ਨੇ ਸਾਂਭ ਕੇ ਨਹੀਂ ਅਸੀਂ ਪੜ੍ਹਨੀਆਂ ਵੀ ਨੇ ਬੱਚੇ ਨੇ ਬਹੁਤ ਅੱਛੀ ਗੱਲ ਹੈ ਬੁੱਕਾਂ ਸਾਂਭ ਕੇ ਰੱਖੀ ਕਿਆ ਨਾਮ ਤੁਹਾਡਾ ਜਸਕਰਨ ਸਿੰਘ ਜਸਕਰਨ ਸਿੰਘ ਨੇ ਜਿਹੜੇ ਸਿੱਕੇ ਸਾਹਮਣੇ ਹੋਏ ਨੇ ਇਹ ਸਿੱਕੇ ਜਿਵੇਂ ਕਿ ਦੀਵਾਲੀ ਵਾਲੇ ਸਮੇਂ ਦੇ ਵਿੱਚ ਗਿਫਟ ਦਿੱਤੇ ਜਾਂਦੇ ਨੇ ਜ਼ਿਆਦਾਤਰ ਇਹ ਉਹ ਸਿੱਕੇ ਨੇ ਲਕਸ਼ਮੀ ਪੂਜਨ ਦੇ ਉੱਪਰ ਅਤੇ ਹਾਂਜੀ ਬੇਟਾ ਤੁਹਾਡਾ ਨਾਂ ਕੀ ਹੈ ਅਤੇ ਤੁਸੀਂ ਕੀ ਕੀਤਾ ਹੋਇਆ ਯਾਦ ਰੱਖਣ ਯੋਗ ਕੀ ਤੁਸੀਂ ਜਾਣਦੇ ਹੋ 1 ਫੁੱਟ 12 ਇੰਚ ਅੱਛਾ ਇਹ ਲੰਬਾਈ ਚੌੜਾਈ ਸ਼ਬਦ ਅੰਗਰੇਜ਼ੀ ਦਾ ਅਰਥ ਪੰਜਾਬੀ ਪਿਆਰੇ ਬੱਚਿਓ ਗਲਟਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਅੱਛਾ ਛੱਤਰੀ ਗੁਬਾਰਿਆਂ ਵਾਲਾ ਰੇਲ ਗੱਡੀ ਪੰਛੀ ਸਾਰਿਆਂ ਦੇ ਨਾਂ ਹੈ ਚੰਨ ਬਹੁਤ ਅੱਛੀ ਗੱਲ ਹੈ ਇਹ ਲੋਹੜੀ ਦਾ ਗੀਤ ਪੜ੍ਹ ਕੇ ਸੁਣਾਓਗੇ ਇਕੱਠੇ ਹੋ ਕੇ ਬਾਲਾਂ ਰਿਓੜੀਆਂ ਨੇ ਮੰਗੀਆਂ ਅੱਛਾ ਬਾਬਾ ਦੀਪ ਸਿੰਘ ਇਹ ਪੜ੍ਹਨਾ ਵੀ ਇਤਿਹਾਸ ਠੀਕ ਹੈ ਨਾਂ ਰੱਖਣਾ ਨਹੀਂ ਇਸ ਪੜ੍ਹ ਲੈ ਪਹਿਲਾਂ ਰਾਜ ਕਰੇਗਾ ਖਾਲਸਾ ਬੁੱਕ ਪੜ੍ਹ ਲਈ ਅੱਡਾ ਬਹੁਤ ਵਧੀਆ ਵਧੀਆ ਨਾਮ ਹੈ ਤਨੂ ਪ੍ਰੀਤ ਕੌਰ ਕਿੰਨੇ ਟਾਈਮ ਦਾ ਬੇਟਾ ਬਣਾ ਰਹੇ ਹੋ ਅੱਛਾ ਸਿੱਖ ਫੁੱਲਵਾੜੀ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਅਤੇ ਨਾਲੇ ਜੂਹੇ ਨਾਲ ਮੱਝ ਵੱਢੀ ਇਹ ਤੁਸੀਂ ਆਪ ਬਣਾਇਆ ਕੀ ਨਾਂ ਤੁਹਾਡਾ ਇੰਦਰਪ੍ਰੀਤ ਸਿੰਘ ਨੇ ਕਿੰਨਾ ਪਿਆਰਾ ਸ਼ੇਰ ਬਣਾਇਆ ਜਿਹੜਾ ਡੋਗੀ ਸਟਾਈਲ ਨਾਲ ਬੈਠਾ ਹੋਇਆ ਹੈ ਨਾ ਇਹ ਚੋਪੜੀ ਵੀ ਤੁਸੀਂ ਬਣਾਈ ਹੈ ਅੱਛਾ ਇਹ ਨਾ ਬੇਟਾ ਇਹਨੂੰ ਨੀਚੇ ਨਾ ਰੱਖੋ ਕੋਈ ਪਾਣੀ ਵਿੱਚ ਰੱਖੀ ਹੋਈ ਉੱਪਰ ਪਤਾ ਪ੍ਰਦੀਪ ਸਿੰਘ ਨੇ ਪੱਥਰ ਸਾਹਮਣੇ ਹੋਏ ਨੇ ਅਤੇ ਇਹ ਤੁਹਾਨੂੰ ਕਿਆ ਦਰਸਾ ਰਹੇ ਨੇ ਪੱਥਰ ਕਾਹਨੂੰ ਸਾਹਮਣੇ ਨੇ ਤੁਸੀਂ ਹੈ ਸਾਨੂੰ ਮਿਲਣੇ ਨਹੀਂ ਹੈ ਅੱਛਾ ਇਹ ਅਖਬਾਰਾਂ ਪੁਰਾਣੀਆਂ ਵੀ ਤੁਸੀਂ ਸਾਹਮਣੇ ਅੱਛਾ ਨਾਲ ਇਹ ਸਿੱਕੇ ਵੀ ਬੜੇ ਵਧੀਆ ਵਧੀਆ ਨੇ ਨਾ 10 ਰੁਪੀਜ਼ ਅੱਛਾ ਜੇ 10 ਰੁਪੀਜ਼ ਹੈ ਨਾ ਇਹਦੇ ਵਿੱਚ ਨਾ ਆਵੇ ਔਰ ਵਿੱਚ ਹੋ ਜਾਵੇ ਬਿਲਕੁਲ ਬਿਲਕੁਲ ਵਿੱਚ ਹੋ ਜਾਵੇ ਉਹਨੂੰ ਮੰਨਿਆ ਨਹੀਂ ਜਾਂਦਾ ਠੀਕ ਹੈ ਪੰਜਾਬ ਵਿੱਚ ਚੱਲਦਾ ਨਹੀਂ ਹਾਫ ਉੱਪਰ ਹੁੰਦਾ ਹਾਫ ਪੀਲੇ ਜੇ ਜਿਹੜੇ ਵਿੱਚ ਹੁੰਦਾ ਗੋਲਡਨ ਉੱਪਰ ਅਤੇ ਹਾਫ ਵਾਈਟ ਉੱਪਰ ਠੀਕ ਹੈ ਹਾਂਜੀ ਤੁਹਾਡਾ ਨਾਂ ਕੀ ਬੇਟਾ ਅਰਮਾਨ ਸਿੰਘ ਨੇ ਕੀ ਕੀਤਾ ਹੋਇਆ ਛੋਲੇ ਦੇ ਦਾਣੇ ਰਾਜਮਾਂਹ ਇਹ ਕਿਹੜੀ ਸਬਜ਼ੀ ਹੈ ਇਹ ਕਿਹੜੀ ਦਾਲ ਹੈ ਕਾਲੀ ਦਾਲ ਨਹੀਂ ਕਾਲੀ ਤਾਂ ਰੰਗ ਹੈ ਹੀ ਇਹ ਛੋਲਿਆਂ ਦੀ ਦਾਲ ਰਾਜਮਾਂਹ ਹੁਣ ਤੂੰ ਇਕੱਤਰ ਕਰ ਲਈ ਛੇਤੀ ਨੇ ਕੀੜੀਆਂ ਇਕੱਤਰ ਹੋਣ ਲੱਗ ਗਈਆਂ ਅੱਛਾ ਬੀਜੀ ਨੇ ਜਹਾਜ਼ ਬਣਾਏ ਨੇ ਤੁਸੀਂ ਸਾਈਕਲ
ਠੀਕ ਹੈ, ਕੀ ਨਾਂ ਤੁਹਾਡਾ? ਤੁਹਾਡਾ ਨਾਂ ਕੀ ਹੈ? ਜੋਤ ਸਿੰਘ। ਅੱਛਾ, ਇਹ ਵੀ ਦੇਖ ਸਕਦੇ ਹੋ ਤੁਸੀਂ, ਇਹਨਾਂ ਬੱਚਿਆਂ ਨੇ ਪੱਥਰ ਇਕੱਤਰ ਕੀਤੇ ਹੋਏ ਨੇ। ਕੀ ਨਾਂ ਤੁਹਾਡਾ ਬੇਟਾ? ਅਮਨਪ੍ਰੀਤ ਸਿੰਘ। ਅਮਨਪ੍ਰੀਤ ਸਿੰਘ, ਹਾਂਜੀ, ਇਹ ਫਸਟ ਡੇ ਕਵਰ ਕਹਿੰਦੇ ਇਹਨੂੰ। ਹਾਂਜੀ, ਜਦੋਂ ਕੋਈ ਡਾਕ ਟਿਕਟ ਜਾਰੀ ਹੁੰਦੀ ਆ ਭਾਰਤ ਦੇ ਵਿੱਚ, ਹਾਂਜੀ, ਤਾਂ ਨਾਲ ਉਹਦਾ ਇੱਕ ਲਿਫਾਫਾ ਵੀ ਜਾਰੀ ਹੁੰਦਾ ਹੈ। ਅੱਛਾ ਜੀ। ਜਿਹਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਜਿਸ ਸੰਬੰਧਿਤ ਬੰਦੇ ਦੇ ਬਾਰੇ ਟਿਕਟ ਜਾਰੀ ਹੋਈ ਹੈ ਉਹਦੀ ਆ ਫੋਟੋ ਬਣੀ ਹੋਈ ਹੈ, ਅਸੀਂ ਇਹਨੂੰ ਫਸਟ ਡੇ ਕਵਰ ਬੋਲਦੇ ਹਾਂ। ਅੱਛਾ, ਜਿਹੜਾ ਕਿ ਟਿਕਟ ਦੇ ਨਾਲ ਜਾਰੀ ਹੁੰਦਾ ਹੈ। ਹਾਂਜੀ, ਇਹ ਡਾਕ ਟਿਕਟ ਦਾ ਲਿਫਾਫਾ ਹੈ। ਠੀਕ ਹੈ ਜੀ। ਇਹਦੇ ਨਾਲ ਇੱਕ ਬਰੋਸ਼ਰ ਜਾਰੀ ਹੁੰਦਾ ਹੈ, ਦੇਖੋ ਇਹ ਫਸਟ ਡੇ ਕਵਰ ਹੈ। ਹਾਂਜੀ, ਇਹ ਜਿਹੜੀਆਂ ਟਿਕਟਾਂ ਨੇ ਗੁਲਾਬ ਦੇ ਉੱਤੇ ਟਿਕਟਾਂ ਜਾਰੀ ਹੋਈਆਂ। ਹਾਂਜੀ, ਭਾਰਤ ਵਿੱਚ ਜਿਹੜਾ ਗੁਲਾਬ ਮਿਲਦਾ ਹੈ, ਅਤੇ ਆਹ ਦੇਖੋ ਫਸਟ ਡੇ ਕਵਰ ਹੈ, ਇਹਦੇ ਨਾਲ ਇਹਦਾ ਇਹ ਬਰੋਸ਼ਰ ਹੈ। ਠੀਕ ਹੈ। ਬਰੋਸ਼ਰ ਦੇ ਵਿੱਚ ਫਿਰ ਸਾਰੀ ਟਿਕਟ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਇਹ ਆਪ ਜੀ ਨੇ ਕਿੰਨੇ ਸਮੇਂ ਤੋਂ ਇਕੱਤਰ ਕਰ ਰਹੇ ਹੋ ਜੀ? ਮੈਂ ਜੀ ਬੜੀ ਛੋਟੀ ਜਿਹੀ ਉਮਰ ਤੋਂ, ਜਦੋਂ ਮੇਰਾ ਖਿਆਲ ਹੈ ਕਿ ਮੈਂ ਤੀਸਰੀ ਚੌਥੀ 'ਚ ਹੁੰਦਾ ਸੀ, ਮੈਂ ਉਦੋਂ ਤੋਂ ਇਕੱਤਰ ਕਰ ਰਿਹਾ ਸਨ 80-81 ਤੋਂ। ਹਾਂਜੀ, ਦੇਖਣ ਨੂੰ ਕਾਫੀ ਦੂਰ ਤੱਕ ਖਿਆਲਾਏ ਉਹਨੇ, ਲੱਗ ਰਹੀ ਹੈ ਕਿ ਆਪ ਨੇ ਇਕੱਤਰ ਕੀਤੇ ਹੋਏ ਨੇ। ਬਹੁਤ ਅੱਛੀ ਗੱਲ ਹੈ ਜੀ। ਵੀ ਜੋ ਆਪਣੇ ਹੋਰ ਬੱਚਿਆਂ ਨੂੰ ਵੀ ਬੜਾ ਸ਼ੌਕ ਹੈ ਅਲੱਗ ਅਲੱਗ ਚੀਜ਼ਾਂ ਇਕੱਠੀਆਂ ਕਰਨ ਦਾ, ਅਤੇ ਸਾਲ ਵਿੱਚ ਇੱਕ ਵਾਰ ਬੱਚੇ ਆ ਜਿਹੜੇ ਉਹ ਪ੍ਰਦਰਸ਼ਨੀ ਲਾਉਂਦੇ ਨੇ, ਜੋ ਵੀ ਉਹ ਇਕੱਠਾ ਕਰਦੇ ਨੇ ਹਰ ਸਾਲ, ਅਤੇ ਸਕੂਲ ਦੇ ਵਿੱਚ ਛੁੱਟੀਆਂ ਤੋਂ ਬਾਅਦ, ਗਰਮੀਆਂ ਛੁੱਟੀਆਂ ਤੋਂ ਬਾਅਦ ਇਹ ਪ੍ਰਦਰਸ਼ਨੀ ਬੱਚਿਆਂ ਦੁਆਰਾ ਲਗਾਈ ਜਾਂਦੀ ਹੈ। ਆਪਾਂ ਵੀ ਵਿਚਾਰ ਕਰ ਰਹੇ ਹਾਂ ਵੀਰ ਜੀ, ਹਿਮਾਲਿਆ ਸਕੂਲ ਦੇ ਪ੍ਰਿੰਸੀਪਲ ਦੇ, ਹਿਮਾਲਿਆ ਸਿੰਘ ਸੈਕੰਡਰੀ ਸਕੂਲ ਦੇ ਮਨਜਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਬੱਚਿਆਂ ਨੇ ਜਿਹੜੀ ਕਲੈਕਸ਼ਨ ਕੀਤਾ ਸਮਾਨ ਪੁਰਾਣਾ, ਛੋਟੀ ਛੋਟੀ ਉਮਰਾਂ ਤੋਂ ਇਕੱਤਰ ਕਰ ਰਹੇ ਨੇ। ਵੀਰ ਜੀ ਆਪ ਵੀ ਕਰ ਰਹੇ ਨੇ, ਇਸ ਲਈ ਬੱਚਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ ਕੋਈ ਵੀ ਕਰਨ, ਅਤੇ ਆਪਾਂ ਵੀਰ ਜੀ ਤੋਂ ਜਾਣਕਾਰੀ ਲੈ ਰਹੇ ਸੀ ਕਿ ਆਪਾਂ ਹੋਰ ਵੀ